ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ। ਪਰ ਵੱਡੀ ਗਿਣਤੀ ਵਿੱਚ ਆ ਰਹੀਆਂ ਸੰਗਤਾਂ ਦੇ ਲਈ ਆਵਾਜਾਈ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਵੱਡੀ ਚੁਣੌਤੀ ਵੀ ਹੈ। ਆਹ ਜਿਹੜਾ ਹੁਣ ਸਮਾਗਮ ਸ਼ੁਰੂ ਹੋਣ ਵਾਲਾ ਹੈਗਾ 550ਵਾਂ ਪ੍ਰਕਾਸ਼ ਪੁਰਬ, ਇਹਦੇ ਵਿੱਚ ਉਮੀਦ ਹੈ ਕਿ ਕਰੀਬ 10-15 ਦਿਨਾਂ ਦੇ ਵਿੱਚ 15 ਤੋਂ 20 ਲੱਖ ਜਿਹੜਾ ਸ਼ਰਧਾਲੂ ਹੈ ਉਹ ਇੱਥੇ ਮੱਥਾ ਟੇਕਣ ਆਏਗਾ। ਪ੍ਰੋਬਲਮ ਸਿਰਫ ਉੱਥੇ ਲਿਆਉਂਦੀ ਨਹੀਂ ਹੈਗੀ, ਪ੍ਰੋਬਲਮ ਹੈ ਕਿ ਇਸ ਜਨਤਾ ਨੂੰ ਉੱਥੇ ਸੇਫਲੀ ਲਿਆਇਆ ਜਾਏ, ਇੱਕ ਦਰਸ਼ਨ ਇਸ ਤਰੀਕੇ ਨਾਲ ਹੋਵੇ ਕਿ ਬੜਾ ਸੁਖਾਵੀ ਜਾਏ, ਉਹਨਾਂ ਦਾ ਜਿਹੜਾ ਹੈਗਾ ਇੱਕ ਐਕਸਪੀਰੀਅੰਸ ਰਹੇ, ਦਰਸ਼ਨ ਬੜੇ ਆਰਾਮ ਨਾਲ ਹੋਣ ਅਤੇ ਉਹ ਸੇਫਲੀ ਜਿਹੜਾ ਹੈਗਾ ਉੱਥੋਂ ਬਾਹਰ ਆ ਸਕਣ। ਆਖਰੀ ਵਾਰ ਹੋਈ ਮਰਦਮਸ਼ੁਮਾਰੀ ਮੁਤਾਬਕ ਸੁਲਤਾਨਪੁਰ ਲੋਧੀ ਦੀ ਆਬਾਦੀ ਕਰੀਬ 17,000 ਹੈ। ਸੁਲਤਾਨਪੁਰ ਲੋਧੀ ਦੇ ਇੱਕ ਪਾਸੇ ਵੇਈ ਨਦੀ ਹੈ, ਦੂਜੇ ਪਾਸੇ ਨਾਲਾ ਅਤੇ ਤੀਜੇ ਪਾਸੇ ਰੇਲਵੇ ਟਰੈਕ ਆਉਂਦਾ। ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਪੀਰ ਸਾਹਿਬ ਆਉਣ ਅਤੇ ਜਾਣ ਦੇ ਲਈ ਇੱਕੋ ਹੀ ਰਾਹ ਹੈ, ਜਿੱਥੇ ਬਹੁਤਾਤ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ। ਪ੍ਰਸ਼ਾਸਨ ਲਈ ਟ੍ਰੈਫਿਕ ਇੱਕ ਵੱਡਾ ਚੈਲੇਂਜ ਹੈ। ਅਜਿਹੇ 'ਚ ਮਾਲਵਾ, ਮਾਝਾ ਅਤੇ ਦੁਆਬਾ ਤੋਂ ਆਉਣ ਵਾਲੇ ਲੋਕਾਂ ਦੇ ਲਈ ਵੱਖਰੇ ਇੰਤਜ਼ਾਮ ਕੀਤੇ ਗਏ ਨੇ। ਸਭ ਤੋਂ ਪਹਿਲਾਂ ਤਾਂ ਇਹ ਸਾਡੇ ਵਾਸਤੇ ਚੈਲੇਂਜ ਸੀਗਾ ਕਿ ਕਿਸ ਤਰੀਕੇ ਨਾਲ ਅਸੀਂ ਟ੍ਰੈਫਿਕ ਨੂੰ ਚੱਲਦਾ ਰੱਖੀਏ ਕਿ ਜੈਮ ਨਾ ਹੋਵੇ। ਇਸ ਕਰਕੇ ਇਹਦੇ ਵਾਸਤੇ 3 ਵੱਡੇ ਕੋਰੀਡੋਰ ਬਣਾਏ ਗਏ ਹੈਗੇ ਆਉਣ ਵਾਸਤੇ। ਪਹਿਲਾ ਕੋਰੀਡੋਰ ਜਿਹੜਾ ਹੈਗਾ ਉਹ ਕਪੂਰਥਲਾ ਸਾਈਡ ਤੋਂ ਆਉਂਦਾ, ਜਿਹੜੀ ਵੱਡੀ ਰੋਡ ਹੈ। ਜਿੰਨੀ ਵੀ ਸੰਗਤ ਦੁਆਬੇ ਤੋਂ ਆਏਗੀ ਜਾਂ ਜਲੰਧਰ ਸਾਈਡ ਤੋਂ ਹੋ ਕੇ ਆਉਣੀ ਹੈ, ਨਕੋਦਰ ਤੋਂ ਆਉਣੀ ਹੈ, ਲੁਧਿਆਣੇ ਤੋਂ ਆਉਣੀ ਹੈ, ਉਹ ਸਾਰੀ ਕਰਤਾਰਪੁਰ ਜਿਹੜਾ ਆਪਣਾ ਕਪੂਰਥਲਾ ਸਾਈਡ ਦਾ ਕੋਰੀਡੋਰ ਹੈ ਉੱਥੋਂ ਇਸ ਸ਼ਹਿਰ ਨੂੰ ਅਪਰੋਚ ਕਰੇਗੀ। ਇਸੇ ਪ੍ਰਕਾਰ ਜਿਹੜੀ ਸੰਗਤ ਨੇ ਮਾਝੇ ਤੋਂ ਆਉਣਾ ਹੈਗਾ ਉਹ ਸਾਰੀ ਗੋਇੰਦਵਾਲ ਸਾਹਿਬ ਹੁੰਦੇ ਹੋਏ ਤਲਵੰਡੀ ਚੌਧਰੀਆਂ ਸਾਈਡ ਤੋਂ, ਇਹ ਦੂਸਰਾ ਕੋਰੀਡੋਰ ਹੈ, ਉਸ ਤੋਂ ਸੁਲਤਾਨਪੁਰ ਲੋਧੀ ਨੂੰ ਅਪਰੋਚ ਕਰੇਗੀ। ਜਿਹੜੀ ਸੰਗਤ ਮਾਲਵੇ ਤੋਂ ਆਉਣੀ ਹੈ, ਜਿਨ੍ਹਾਂ ਨੇ ਸਤਲੁਜ ਦਰਿਆ ਟੱਪ ਕੇ ਆਉਣਾ ਹੈਗਾ, ਉਹਦੇ ਵਾਸਤੇ ਵਾਇਆ ਮੱਖੂ ਲੋਹੀਆਂ ਇੱਕ ਰੂਟ ਜਿਹੜਾ ਹੈਗਾ ਕੋਰੀਡੋਰ ਉਹ ਤਿਆਰ ਕੀਤਾ ਗਿਆ। ਸਮਾਗਮਾਂ ਨੂੰ ਧਿਆਨ 'ਚ ਰੱਖਦਿਆਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂਆਂ ਦੇ ਆਉਣ 'ਤੇ ਆਵਾਜਾਈ ਨੂੰ ਸੁਚਾਰੂ ਢੰਗ ਦੇ ਨਾਲ ਬਣਾਈ ਰੱਖਣਾ ਇੱਕ ਵੱਡੀ ਚੁਣੌਤੀ ਹੈ। ਇਸ ਦੇ ਨਾਲ ਹੀ ਪਾਰਕਿੰਗ ਦੀ ਵਿਵਸਥਾ ਸ਼ਹਿਰੋਂ ਬਾਹਰ ਕੀਤੀ ਗਈ ਹੈ। ਸਾਨੂੰ ਜਿਹੜੀ ਪਾਰਕਿੰਗ ਸਪੇਸ ਸੀ ਉੱਥੇ ਲੱਭਣੀ ਪਈ ਜਿੱਥੇ ਸਾਨੂੰ ਕੋਈ ਨਾ ਕੋਈ ਬਾਈਪਾਸ ਜਾਂ ਰੋਡ ਦੇ ਨਾਲ ਜੁੜਦੀ ਰੋਡ ਮਿਲ ਜਾਏ। ਇਹਦੇ ਫਲਸਰੂਪ ਜਿਹੜੇ ਤੁਹਾਡੇ ਟ੍ਰੈਫਿਕ ਦੇ ਪਾਰਕਿੰਗ ਏਰੀਆ ਸੀ ਉਹ ਸ਼ਹਿਰ ਤੋਂ ਥੋੜ੍ਹੇ ਦੂਰ ਬਣੇ। ਜਲੰਧਰ ਰੇਂਜ ਦੇ IG ਨੌਨਿਹਾਲ ਸਿੰਘ ਮੁਤਾਬਕ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੇ ਆਉਣ ਜਾਣ ਦੇ ਲਈ 1 ਸਾਲ ਤੋਂ ਯੋਜਨਾ ਬਣਾਈ ਜਾ ਰਹੀ ਸੀ। ਉਹਨਾਂ ਮੁਤਾਬਕ ਸਭ ਤੋਂ ਵੱਡਾ ਚੈਲੇਂਜ ਹੈ ਕਿ ਟ੍ਰੈਫਿਕ ਜਾਮ ਨਾ ਹੋਵੇ। ਇਸ ਤੋਂ ਇਲਾਵਾ ਬਜ਼ੁਰਗਾਂ, ਬੱਚੇ ਅਤੇ ਔਰਤਾਂ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ।